एक FIR अपने को दर्ज हुई है, 214 नंबर जी। और आना कोलों जिड़ा हैरोन 263 ग्राम टोटल हैरोन इन्हां कोलों रिकवर हुई है, जिड़ी 253 ग्राम अपने को पहला रिकवर हुई, फिर इन्हां ने जिड़ी हैगी फारदिक शाह से रिकवरी कराई हैगी। और आ जिड़े हैगे स्मगलर हैगे, इस जिड़ा दोषी हैगा जी, अरे उससे पहला भी नारकोटिक के दो परते हैगे। और ये बेसिकली फिरोजपुर के रहने वाला, स्पैशल यही काम करने वास्ते बठिंडे आया से, यदि पुछगिछ जी कराए तो अपनी फैमिली नाल रहिंदा हैगा। और ये फॉरवर्ड बैकवर्ड लिंक जिहड़े असीं पता कर रहे हैं, आ जिहड़ी रेड वाली गल हैगी है, इहदे विच जल साहब आए सीगे और ये बिल्कुल झूठी रेड इन्हां ने करवाई है, तां कि पुलिस जिहड़ी सही तफ्तीश ना कर सके, अगे वधन तो जिहड़ा केस नूं रोकण लई ये जिहड़ा कर रहे हैगे ने। बाकी सब फेक हैगा, इहदे विच इन्हां दी काफी सारी जिहड़ी ड्रग मनी रिकवर हुई हैगी है, 93,000 रुपये पहला रिकवर हुए हैगे, 5,00,000 फी है जिहड़ा इन्हां दा ड्रग मनी दुबारा रिकवर। ठीक है मैडम, तुसीं जिहड़ा पूरी कार्रवाई का आधार भी दस रहे, पर महिला दे कहणे कि उन्हां दे बेटे नाल मुलाकात करवाउण दे लई 10,000 रुपए की मांग की गई, पर 10,000 रुपया दिओ उस तों बाद फिर मुलाकात होवेगी। जिहड़ी इहदी बकायदा सीसीटीवी फुटेज की चैकिंग जज साहब वल्लों होई हैगी है, इह मिलण आउंदी है और मिल के जांदी रही है, और इह मिली भी है उहनूं, अपने बेटे नूं दो वार मिली हुई है। और जदों असीं इहनूं रिमांड ते पेश कीता, फिर आना ने सारा कुछ जिहड़ा हैगा प्लान कर लिया, और एक प्लान के तहत सानू कुछ भी नहीं पता सीगा कि यह कदों आई है, और यह आई उस टाइम है भी नहीं सही जब जज साहब आए हैं जी जी, और यह बाद में आँदी हैगी है। और इतों जितों जाहिर होंदा है कि इन्होंने सारा कुछ है पुलिस से जो दोष लाने वास्ते किया है। नहीं मैडम, सिर्फ तुहाडे ते नहीं, उह तां इह भी इल्जाम लगा रहे हैं कि थाने की एक महिला पुलिस मुलाजम ते उन्हां दे वल्लों पैसे की मांग की गई है। देखो जी, जिन्हां दा इन्ना ड्रग मनी फसया हैगा उह ते बहुत कुछ कहणगे, ਜਿਨ੍ਹਾਂ ਦਾ ਇੰਨਾ ਡਰੱਗ ਮਨੀ ਔਰ ਇੰਨੀ ਹੈਵੀ ਰਿਕਵਰੀ ਹੈਗੀ ਆ, ਉਹ ਤੇ ਬੜਾ ਕੁਛ ਕਹਿਣਗੇ, ਔਰ ਇਹਨੂੰ ਸਾਬਿਤ ਵੀ ਕਰਨਾ ਪੈਣਾ ਨਾ ਜੀ। ਜੇ ਕਿਸੇ ਤਰ੍ਹਾਂ ਦੀ ਕੋਈ ਜਾਂਚ ਹੁੰਦੀ ਹੈ ਵੈਲਕਮ ਕਰਦੇ ਹੋ, ਜਾਂਚ ਦੇ ਲਈ ਤਿਆਰ ਹੋ ਤੁਸੀਂ? ਜੀ ਬਿਲਕੁਲ, ਇਹ ਜਿਹੜਾ ਹੈਗਾ ਹੋ ਗਈ ਹੈ ਜੀ, ਆਲਰੇਡੀ ਜਸਾ ਵੱਲੋਂ ਚੱਲ ਪਈ ਆ, ਔਰ ਇਹ ਮਤਲਬ ਬੜਾ ਵੱਡਾ ਇਹਨਾਂ ਨੇ ਜਿਹੜਾ ਪਲਾਨ ਕੀਤਾ ਹੈਗਾ। ਇਹ ਕਹਿ ਰਹੀ ਸੀਗੀ ਕਿ ਇਹਦੇ ਕੋਲੋਂ ਕਿਸੇ ਪ੍ਰਾਈਵੇਟ ਵਿਅਕਤੀ ਨੇ ਲਏ ਹੈਗੇ ਪੈਸੇ, ਇਹ ਵੀ ਮਤਲਬ ਇਹ ਦੋਸ਼ ਲਾਉਂਦੀ ਹੈਗੀ ਆ। ਔਰ ਦੂਜੇ ਪਾਸ ਪਹਿਲਾਂ ਕਹਿੰਦੀ ਹੈ ਕਿ ਮੈਂ ਉਹਨੂੰ ਜਾਣਦੀ ਹਾਂ, ਔਰ ਬਾਅਦ 'ਚ ਕਹਿੰਦੀ ਹੈ ਕਿ ਮੈਂ ਉਹਨੂੰ ਜਾਣਦੀ ਨਹੀਂ ਹੈ, ਜਿੱਥੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈਗਾ ਕਿ ਇਹ ਜਿਹੜਾ ਹੈਗਾ ਪਲੈਨਡ ਤਰੀਕੇ ਨਾਲ ਸਾਰਾ ਕੁਛ ਕਰ ਰਹੇ ਹੈ ਜੀ। ਇੱਕ FIR ਆਪਣੇ ਕੋਲ ਦਰਜ ਹੋਈ ਹੈਗੀ ਹੈ, 214 ਨੰਬਰ, ਔਰ ਇਹਨਾਂ ਕੋਲੋਂ ਜਿਹੜਾ ਹੈਰੋਨ 263 ਗ੍ਰਾਮ ਟੋਟਲ ਹੈਰੋਨ ਇਹਨਾਂ ਕੋਲੋਂ ਰਿਕਵਰ ਹੋਈ ਹੈ, ਜਿਹੜੀ 253 ਗ੍ਰਾਮ ਆਪਣੇ ਕੋਲ ਪਹਿਲਾਂ ਰਿਕਵਰ ਹੋਈ, ਫਿਰ ਇਹਨਾਂ ਨੇ ਜਿਹੜੀ ਹੈਗੀ ਫਾਰਦਿਕ ਸ਼ਾਹ ਤੋਂ ਰਿਕਵਰੀ ਕਰਾਈ ਹੈਗੀ ਹੈ। ਔਰ ਇਹ ਜਿਹੜੇ ਹੈਗੇ ਸਮਗਲਰ ਹੈਗੇ, ਇਸ ਜਿਹੜਾ ਦੋਸ਼ੀ ਹੈਗਾ ਜੀ, ਅਤੇ ਉਸ ਤੋਂ ਪਹਿਲਾਂ ਵੀ ਨਾਰਕੋਟਿਕ ਦੇ ਦੋ ਪਰਚੇ ਹੈਗੇ, ਔਰ ਇਹ ਬੇਸਿਕਲੀ ਫਿਰੋਜ਼ਪੁਰ ਦੇ ਰਹਿਣ ਵਾਲਾ, ਸਪੈਸ਼ਲ ਇਹੀ ਕੰਮ ਕਰਨ ਵਾਸਤੇ ਬਠਿੰਡੇ ਆਇਆ ਸੀ, ਇਹਦੀ ਪੁੱਛਗਿਛ ਜਿਹੜੀ ਕਿਰਾਏ 'ਤੇ ਆਪਣੀ ਫੈਮਿਲੀ ਨਾਲ ਰਹਿੰਦਾ ਹੈਗਾ। ਔਰ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਪਤਾ ਕਰ ਰਹੇ ਹਾਂ, ਆਹ ਜਿਹੜੀ ਰੇਡ ਵਾਲੀ ਗੱਲ ਹੈਗੀ ਹੈ, ਇਹਦੇ ਵਿੱਚ ਜੱਜ ਸਾਹਿਬ ਆਏ ਸੀਗੇ, ਔਰ ਇਹ ਬਿਲਕੁਲ ਝੂਠੀ ਰੇਡ ਇਹਨਾਂ ਨੇ ਕਰਵਾਈ ਹੈ, ਤਾਂ ਕਿ ਪੁਲਿਸ ਜਿਹੜੀ ਸਹੀ ਤਫਤੀਸ਼ ਨਾ ਕਰ ਸਕੇ, ਅੱਗੇ ਵਧਣ ਤੋਂ ਜਿਹੜਾ ਕੇਸ ਨੂੰ ਰੋਕਣ ਲਈ ਇਹ ਜਿਹੜਾ ਕਰ ਰਹੇ ਹੈਗੇ ਨੇ। ਬਾਕੀ ਸਭ ਫੇਕ ਹੈਗਾ, ਇਹਦੇ ਵਿੱਚ ਇਹਨਾਂ ਦੀ ਕਾਫੀ ਸਾਰੀ ਜਿਹੜੀ ਡਰੱਗ ਮਨੀ ਰਿਕਵਰ ਹੋਈ ਹੈਗੀ ਹੈ, 93,000 ਰੁਪਏ ਪਹਿਲਾਂ ਰਿਕਵਰ ਹੋਏ ਹੈਗੇ ਆ, 5,00,000 ਹੀ ਹੈ ਜਿਹੜਾ ਇਹਨਾਂ ਦਾ ਡਰੱਗ ਮਨੀ ਦੁਬਾਰਾ ਰਿਕਵਰ। ਨਹੀਂ ਠੀਕ ਹੈ ਮੈਡਮ, ਤੁਸੀਂ ਜਿਹੜਾ ਪੂਰੀ ਕਾਰਵਾਈ ਦਾ ਆਧਾਰ ਵੀ ਦੱਸ ਰਹੇ, ਪਰ ਮਹਿਲਾ ਦੇ ਕਹਿਣੇ ਕਿ ਉਹਨਾਂ ਦੇ ਬੇਟੇ ਨਾਲ ਮੁਲਾਕਾਤ ਕਰਵਾਉਣ ਦੇ ਲਈ 10,000 ਰੁਪਏ ਦੀ ਮੰਗ ਕੀਤੀ ਗਈ, ਪਰ 10,000 ਰੁਪਇਆ ਦਿਓ ਉਸ ਤੋਂ ਬਾਅਦ ਫਿਰ ਮੁਲਾਕਾਤ ਹੋਵੇਗੀ। ਜਿਹੜੀ ਇਹਦੀ ਬਕਾਇਦਾ ਸੀਸੀਟੀਵੀ ਫੁਟੇਜ ਦੀ ਚੈਕਿੰਗ ਜੱਜ ਸਾਹਿਬ ਵੱਲੋਂ ਹੋਈ ਹੈਗੀ ਹੈ, ਇਹ ਮਿਲਣ ਆਉਂਦੀ ਹੈ ਔਰ ਮਿਲ ਕੇ ਜਾਂਦੀ ਰਹੀ ਹੈ, ਔਰ ਇਹ ਮਿਲੀ ਵੀ ਹੈ ਉਹਨੂੰ, ਆਪਣੇ ਬੇਟੇ ਨੂੰ ਦੋ ਵਾਰ ਮਿਲੀ ਹੋਈ ਹੈ। ਔਰ ਜਦੋਂ ਅਸੀਂ ਇਹਨੂੰ ਰਿਮਾਂਡ 'ਤੇ ਪੇਸ਼ ਕੀਤਾ, ਫਿਰ ਉਹਨਾਂ ਨੇ ਸਾਰਾ ਕੁਛ ਜਿਹੜਾ ਹੈਗਾ ਪਲਾਨ ਕਰ ਲਿਆ, ਔਰ ਇੱਕ ਪਲਾਨ ਦੇ ਤਹਿਤ ਸਾਨੂੰ ਕੁਛ ਵੀ ਨਹੀਂ ਪਤਾ ਸੀਗਾ ਕਿ ਇਹ ਕਦੋਂ ਆਈ ਹੈ, ਔਰ ਇਹ ਆਈ ਉਸ ਟਾਈਮ ਹੈ ਵੀ ਨਹੀਂ ਸਹੀ ਜਦੋਂ ਜੱਜ ਸਾਹਿਬ ਆਏ ਹੈ ਜੀ ਜੀ, ਔਰ ਇਹ ਬਾਅਦ ਵਿੱਚ ਆਉਂਦੀ ਹੈਗੀ ਆ, ਔਰ ਇੱਥੋਂ ਜਿੱਥੋਂ ਜ਼ਾਹਿਰ ਹੁੰਦਾ ਹੈਗਾ ਕਿ ਇਹਨਾਂ ਨੇ ਸਾਰਾ ਕੁਛ ਹੈਗਾ ਪੁਲਿਸ 'ਤੇ ਜਿਹੜਾ ਦੋਸ਼ ਲਾਉਣ ਵਾਸਤੇ ਕੀਤਾ ਹੈਗਾ। ਨਹੀਂ ਮੈਡਮ, ਸਿਰਫ ਤੁਹਾਡੇ 'ਤੇ ਨਹੀਂ, ਉਹ ਤਾਂ ਇਹ ਵੀ ਇਲਜ਼ਾਮ ਲਗਾ ਰਹੇ ਨੇ ਕਿ ਥਾਣੇ ਦੀ ਇੱਕ ਮਹਿਲਾ ਪੁਲਿਸ ਮੁਲਾਜ਼ਮ 'ਤੇ ਉਹਨਾਂ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਹੈ। ਦੇਖੋ ਜੀ, ਜਿਹਨਾਂ ਦਾ ਇੰਨਾ ਡਰੱਗ ਮਨੀ ਫਸਿਆ ਹੈਗਾ ਉਹ ਤਾਂ ਬਹੁਤ ਕੁਛ ਕਹਿਣਗੇ, ਜਿਹਨਾਂ ਦਾ ਇੰਨਾ ਡਰੱਗ ਮਨੀ ਔਰ ਇੰਨੀ ਹੈਵੀ ਰਿਕਵਰੀ ਹੈਗੀ ਆ, ਉਹ ਤਾਂ ਬੜਾ ਕੁਛ ਕਹਿਣਗੇ, ਔਰ ਇਹਨੂੰ ਸਾਬਿਤ ਵੀ ਕਰਨਾ ਪੈਣਾ ਨਾ ਜੀ। ਜੇ ਕਿਸੇ ਤਰ੍ਹਾਂ ਦੀ ਕੋਈ ਜਾਂਚ ਹੁੰਦੀ ਹੈ ਵੈਲਕਮ ਕਰਦੇ ਹੋ, ਜਾਂਚ ਦੇ ਲਈ ਤਿਆਰ ਹੋ ਤੁਸੀਂ? ਜੀ ਬਿਲਕੁਲ, ਇਹ ਜਿਹੜਾ ਹੈਗਾ ਹੋ ਗਈ ਹੈ ਜੀ, ਆਲਰੇਡੀ ਜੱਜ ਸਾਹਿਬ ਵੱਲੋਂ ਚੱਲ ਪਈ ਆ, ਔਰ ਇਹ ਮਤਲਬ ਬੜਾ ਵੱਡਾ ਇਹਨਾਂ ਨੇ ਜਿਹੜਾ ਪਲਾਨ ਕੀਤਾ ਹੈਗਾ। ਇਹ ਕਹਿ ਰਹੀ ਸੀਗੀ ਕਿ ਇਹਦੇ ਕੋਲੋਂ ਕਿਸੇ ਪ੍ਰਾਈਵੇਟ ਵਿਅਕਤੀ ਨੇ ਲਏ ਹੈਗੇ ਪੈਸੇ, ਇਹ ਵੀ ਮਤਲਬ ਇਹ ਦੋਸ਼ ਲਾਉਂਦੀ ਹੈਗੀ ਆ। ਔਰ ਦੂਜੇ ਪਾਸ ਪਹਿਲਾਂ ਕਹਿੰਦੀ ਹੈ ਕਿ ਮੈਂ ਉਹਨੂੰ ਜਾਣਦੀ ਹਾਂ, ਔਰ ਬਾਅਦ 'ਚ ਕਹਿੰਦੀ ਹੈ ਕਿ ਮੈਂ ਉਹਨੂੰ ਜਾਣਦੀ ਨਹੀਂ ਹੈ, ਜਿੱਥੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈਗਾ ਕਿ ਇਹ ਜਿਹੜਾ ਹੈਗਾ
ਪਲੈਨਡ ਤਰੀਕੇ ਨਾਲ ਸਾਰਾ ਕੁਝ ਕਰ ਰਹੇ ਹੋ।